ਪੰਜਾਬ ਦੀਆਂ ਸਮਾਜਿਕ ਤੇ ਸਿਆਸੀ ਖਬਰਾਂ ਦੇ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਲੁਧਿਆਣਾ ਤੋਂ, ਜਿੱਥੇ ਕਚਹਿਰੀ ਕੰਪਲੈਕਸ ਦੇ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜ਼ਬਰਦਸਤ ਧਮਾਕੇ ਦੇ ਵਿੱਚ ਦੋ ਵਿਅਕਤੀਆਂ ਦੀ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਮੁੱਢਲੀ ਤਫਤੀਸ਼ ਜਾਰੀ ਹੈ। ਦੱਸਿਆ ਜਾ ਰਿਹਾ ਕਿ ਕੋਰਟ ਕੰਪਲੈਕਸ ਦੀ ਤੀਸਰੀ ਮੰਜ਼ਿਲ ਦੇ ਵਾਸ਼ਰੂਮ ਦੇ ਵਿੱਚ ਇਹ ਧਮਾਕਾ ਹੋਇਆ ਹੈ। ਪੁਲਿਸ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਦੇ ਵਿੱਚ ਬਿਲਡਿੰਗ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਬਲਾਸਟ ਤੋਂ ਬਾਅਦ ਕੋਰਟ ਕੰਪਲੈਕਸ ਦੇ ਵਿੱਚ ਅਫਰਾ ਤਫਰੀ ਮੱਚ ਗਈ, ਜਿਸ ਤੋਂ ਬਾਅਦ ਲਗਾਤਾਰ ਪੁਲਿਸ ਅਧਿਕਾਰੀਆਂ ਵੱਲੋਂ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਬੇ ਵਿੱਚ ਇਸ ਬਲਾਸਟ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਲਗਾਤਾਰ ਮੁਸ਼ਤੈਦੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੂਬੇ ਭਰ ਦੇ ਵਿੱਚ ਹਾਈ ਅਲਰਟ ਦੇ ਚੱਲਦਿਆਂ ਪੁਲਿਸ ਸਤਰਕ ਹੋ ਗਈ ਹੈ। ਤੁਹਾਨੂੰ ਦੱਸ ਦਈਏ, ਇਸ ਬਲਾਸਟ ਤੋਂ ਬਾਅਦ ਨਾਲ ਲੱਗਦੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਬਲਾਸਟ ਤੋਂ ਬਾਅਦ ਇੱਕਦਮ ਹੀ ਕਚਹਿਰੀ ਕੰਪਲੈਕਸ ਦੇ ਵਿੱਚ ਲੋਕਾਂ ਦੇ ਵਿੱਚ ਅਫਰਾ ਤਫਰੀ ਮੱਚ ਗਈ। ਉਸ ਤੋਂ ਬਾਅਦ ਘਟਨਾ ਵਾਲੀ ਜਗ੍ਹਾ 'ਤੇ ਜਾ ਕੇ ਜਦੋਂ ਚੈੱਕ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਰ ਸੈਕਿੰਡ ਫਲੋਰ 'ਤੇ ਸੀਗਾ, ਮੈਂ ਉਸ ਟਾਈਮ ਮੈਡਮ ਸ਼ਵੇਤਾ ਦਾਸ ਦੀ ਅਦਾਲਤ 'ਚ ਸੀਗਾ ਜਦੋਂ ਇੱਕਦਮ ਬਲਾਸਟ ਹੋਇਆ। ਸਾਡੇ ਸਾਹਮਣੇ ਉੱਥੇ ਵਿਚਾਰੀ ਲੇਡੀਜ਼ ਦੇ ਇੱਕਦਮ ਫੇਸ ਬਿਲਕੁਲ ਮੇ ਬੀ ਸ਼ਾਇਦ ਪੋਸੀਬਲ ਹੈ ਬਚੇ ਨਾ ਬਚੇ, ਬਹੁਤ ਬੁਰੀ ਤਰ੍ਹਾਂ ਇੰਜਰਡ ਹੋਈ ਹੈ। ਹੋਰ ਵੀ ਕਾਫੀ ਬੰਦੇ ਇਹਦੇ 'ਚ ਇੰਜਰਡ ਹੋਏ ਹੈ। ਜਦੋਂ ਅਸੀਂ ਅਦਾਲਤ 'ਚ ਸੀ ਇੱਕਦਮ ਬੜੀ ਜ਼ੋਰ 'ਤੇ ਧਮਾਕਾ ਆਇਆ, ਅਸੀਂ ਸੋਚਿਆ ਸ਼ਾਇਦ ਕੋਈ ਸਿਲੰਡਰ ਬਲਾਸਟ ਆ, ਮਗਰ ਸਿਲੰਡਰ ਬਲਾਸਟ ਨਹੀਂ, ਆ ਬਾਥਰੂਮ 'ਚ ਹੋਇਆ ਬੰਬ ਬਲਾਸਟ। ਹੁਣੇ ਜਸਟ 15 ਮਿੰਟ ਪਹਿਲਾਂ ਹੋਇਆ। ਬਾਥਰੂਮ ਹੈ ਉੱਥੇ ਕਾਮਨ ਬਾਥਰੂਮ ਹੈ, ਨਾਲ ਰਿਕਾਰਡ ਰੂਮ ਹੈਗਾ ਜਿਹੜਾ ਪਬਲਿਕ ਵਾਸਤੇ ਹੈ। ਉੱਥੇ ਬਲਾਸਟ ਟਾਈਪ ਆਵਾਜ਼ ਆਈ ਸਾਨੂੰ, ਉਹਨੂੰ ਅਸੀਂ ਸਾਰਾ ਸੀਨ ਜਿਹੜਾ ਇਹਨੂੰ ਸਿਕਿਓਰ ਕਰ ਲਿਆ ਔਰ ਸਾਰੀ ਵੈਰੀਫਿਕੇਸ਼ਨ ਕਰ ਰਹੇ ਹਾਂ। ਇਹਦੇ 'ਚ ਇਹੀ ਪਤਾ ਲੱਗਿਆ ਵੀ ਇੱਕ ਬੰਦਾ ਜਿਹੜਾ ਉੱਥੇ ਜਿਹੜੇ ਜਿਹਦੀ ਡੈਥ ਹੋਈ ਹੈ ਔਰ ਇਹ ਦੋ ਬੰਦੇ ਇੰਜਰਡ ਹੈ ਜੋ ਪ੍ਰਿਲਿਮਿਨਰੀ ਸਾਨੂੰ ਪਤਾ ਲੱਗਿਆ। ਬਾਕੀ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ, ਸਾਰਿਆਂ ਨੂੰ ਅਸੀਂ ਹੋਸਪਿਟਲ ਭੇਜਤਾ, ਦੇ ਆਰ ਓਕੇ। ਜੋ ਜੁਆਇੰਟ CP ਸਾਹਿਬ ਨੇ ਆਪ ਹੀ ਭੇਜੀ ਹੈ ਸਾਰੇ, ਤੋ ਇਹਦੀ ਅਸੀਂ ਬੋਮ ਜਿਹੜਾ ਸਕੋਡ ਹੈ ਉਹ ਆ ਰਿਹਾ ਡਿਸਪੋਜ਼ਲ, ਅਤੇ ਫੋਰੈਂਸਿਕ ਟੀਮ ਵੀ ਅਸੀਂ ਬੁਲਾਈ ਹੈ ਚੰਡੀਗੜ੍ਹ ਤੋਂ, ਉਹ ਸਾਰਾ ਆ ਕੇ ਅਸੀਂ ਤਾਂ ਮੁੱਢਲੀ ਜਾਂਚ ਪਤਾ ਲੱਗੇ ਕੀ ਹੈ ਕੀ ਫਟੇ ਕੀ। ਅਜੇ ਦੇਖੋ ਕਹਿਣਾ ਬਹੁਤ ਔਖਾ ਹੈ ਕਿਉਂਕਿ ਸਾਇੰਟੀਫਿਕ ਚੀਜ਼ ਹੁੰਦੀ ਹੈ, ਸਾਰਾ ਐਗਜ਼ਾਮੀਨੇਸ਼ਨ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਕਿਹਾ ਜਾਊਗਾ। ਉੱਧਰ ਇਸ ਬਲਾਸਟ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅਹਿਮ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕਰਕੇ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਸੂਬੇ ਦੇ ਵਿੱਚ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਇਹ ਲਗਾਤਾਰ ਇਸ ਤਰ੍ਹਾਂ ਦੀਆਂ ਜੋ ਘਟਨਾਵਾਂ ਹੋ ਰਹੀਆਂ ਨੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਧੂ ਨੇ ਇਸ ਨੂੰ ਵੋਟਾਂ ਦੇ ਲਈ ਸੌੜੀ ਸਿਆਸਤ ਕਿਹਾ ਹੈ। ਬੜੀ ਉਹ ਯਾਰ ਮੰਦਭਾਗੀ ਦੁਰਘਟਨਾ ਹੋਈ ਹੈ। ਇਟ ਇਜ਼ ਅ ਸੀਰੀਜ਼ ਆਫ ਇਵੈਂਟਸ ਵਿਚ ਹੈਜ਼ ਟੇਕਨ ਪਲੇਸ, ਇੱਕ ਸੀਰੀਜ਼ ਆਫ ਇਵੈਂਟਸ ਹੈ ਜਿਹੜੀ ਪੰਜਾਬ ਦੇ ਵਿੱਚ ਸਹਿਮ ਫੈਲਾਉਣ ਦੇ ਲਈ ਕੀਤੀ ਜਾ ਰਹੀ ਹੈ। ਇਹ ਇਲੈਕਸ਼ਨਾਂ ਦੇ ਕੋਲ ਆ ਕੇ ਕਿਉਂ ਹੁੰਦਾ ਹੈ? ਇਹ ਪੌਣੇ 5 ਸਾਲ ਲੰਘਣ ਤੋਂ ਬਾਅਦ ਹੀ ਕਿਉਂ ਹੁੰਦਾ ਹੈ? ਤੇ ਇਹ ਇੱਕ ਖਾਸ ਕਮਿਊਨਿਟੀ ਨੂੰ ਡਰਾਉਣ ਦੇ ਲਈ ਕਿਉਂ ਹੁੰਦਾ ਹੈ? ਤੇ ਜਿਹੜੇ ਲੋਕ ਪਹਿਲਾਂ ਪੰਜਾਬ ਨੂੰ ਵੇਚਦੇ ਰਹੇ ਔਰ ਗਿਰਵੀ ਰੱਖਦੇ ਰਹੇ ਆਪਦੀ ਜਾਨ ਬਚਾਉਣ ਨੂੰ, ਪੰਜਾਬ ਦੇ ਹੱਕ ਫਿਰਕਾ ਪ੍ਰਸਤ ਤਾਕਤਾਂ ਨੂੰ ਦਿੰਦੇ ਰਹੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਸਹਿਮ ਫੈਲਾ ਕੇ ਤੁਸੀਂ ਵੋਟਾਂ ਦੀ ਰਾਜਨੀਤੀ ਦੇ ਲਈ ਪੋਲਰਾਈਜੇਸ਼ਨ ਨਹੀਂ ਕਰ ਸਕੋਗੇ। ਪੰਜਾਬ ਇੱਕ ਹੈ, ਇੱਕ ਸੀ, ਇੱਕ ਰਹੂਗਾ। ਪੰਜਾਬ ਪੰਜਾਬੀਅਤ ਦੇ ਵਿੱਚ ਬੰਨਿਆ ਹੋਇਆ। ਇਹ ਵੋਟਾਂ ਦੀ ਸੌੜੀ ਰਾਜਨੀਤੀ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਹੋਈ, ਫਿਰ ਪ੍ਰਯਾਸ ਹੋਏ ਜਿਹੜੇ ਲੋਕਾਂ ਨੇ ਆਪ ਪਹਿਰੇ ਨਾਲ ਮਰ ਕੇ ਰੋਕੇ, ਕਿਉਂਕਿ ਭਰੋਸੇ ਯੋਗਤਾ ਖਤਮ ਹੋਈ ਜਾਂਦੀ ਹੈ ਲੋਕਾਂ ਦੀ। ਤੇ ਹੁਣ ਇਹ ਬੰਬ ਧਮਾਕੇ ਇਹ ਸਾਫ ਦਰਸਾਉਂਦਾ ਕਿ ਇੱਕ ਖਾਸ ਕਮਿਊਨਿਟੀ ਦੀ ਪੋਲਰਾਈਜੇਸ਼ਨ ਦੇ ਵਾਸਤੇ, ਉਹਨਾਂ ਨੂੰ ਅੱਡ ਕਰਨ ਦੇ ਵਾਸਤੇ, ਉਹਨਾਂ ਨੂੰ ਡਰਾ ਕੇ ਭੈ ਤੰਤਰ ਦੇ ਨਾਲ ਲੋਕਤੰਤਰ ਨੂੰ ਡੰਡਾ ਤੰਤਰ ਬਣਾ ਕੇ ਇੱਕ ਐਸੇ ਪਾਸੇ ਮੁੜਿਆ ਜਾ ਰਿਹਾ ਜਿਹੜਾ ਪੰਜਾਬ ਦੇ ਲਈ ਬਹੁਤ ਖਤਰਨਾਕ ਹੈ। ਇਹਦੇ 'ਚ ਪੰਜਾਬ ਇਨਵੋਲਵ ਨਹੀਂ,
ਇਹਦੇ ਚ ਸ਼ੱਕ ਦੇ ਘੇਰੇ ਚ ਏਜੰਸੀਆਂ ਆਉਂਦੀਆਂ ਜਿਨ੍ਹਾਂ ਨੂੰ ਕਠਪੁਤਲੀ ਬਣਾ ਲਿਆ, ਵੱਡੀਆਂ ਵੱਡੀਆਂ ਸੰਸਥਾਵਾਂ ਨੂੰ ਕਠਪੁਤਲੀ ਬਣਾ ਲਿਆ, ਲੋਕਤੰਤਰ ਦਾ ਡੰਡਾ ਤੰਤਰ ਬਣਾਤਾ, ਗੁੰਡਾ ਤੰਤਰ ਬਣਾਤਾ, ਔਰ ਪੰਜਾਬ ਦੀ ਪੰਜਾਬੀਅਤ ਦੇ ਸੋਸ਼ੋ ਇਕਨੋਮਿਕ ਫੈਬਰਿਕ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਕਚਹਿਰੀ ਕੰਪਲੈਕਸ ਦੇ ਵਿੱਚ ਹੋਏ ਇਸ ਬਲਾਸਟ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੇ ਨੇ। ਉਹਨਾਂ ਨੇ ਇਸ ਘਟਨਾ ਦਾ ਮੁਆਇਨਾ ਕੀਤਾ ਅਤੇ ਉਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਾਮਲੇ 'ਤੇ ਤਫਤੀਸ਼ ਜਾਰੀ ਹੈ ਅਤੇ ਬਹੁਤ ਹੀ ਜਲਦ ਇਸ ਮਾਮਲੇ 'ਤੇ ਜੋ ਵੀ ਮੁੱਢਲੀ ਜਾਣਕਾਰੀ ਸਾਹਮਣੇ ਆਏਗੀ ਉਹ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਕਿਹਾ ਕਿ ਸਰਕਾਰ ਅਤੇ ਸੁਰੱਖਿਆ ਨੂੰ ਇਹ ਬਲਾਸਟ ਵੱਡਾ ਚੈਲੰਜ ਹੈ ਅਤੇ ਅਦਾਲਤ ਦੀ ਸੁਰੱਖਿਆ ਦੇ ਲਈ ਸਰਕਾਰ ਤੁਰੰਤ ਵੱਡਾ ਐਕਸ਼ਨ ਲਵੇਗੀ। 12 ਮਾਈ 'ਤੇ ਬਲਾਸਟ ਹੋਇਆ, ਸੈਕਿੰਡ ਫਲੋਰ ਦੇ ਵਾਸ਼ਰੂਮ ਦੇ ਵਿੱਚ, ਉਹਦੇ 'ਚ ਇੱਕ ਆਦਮੀ ਦੀ ਡੈਥ ਹੋ ਗਈ ਹੈ, 4 ਜਿਹੜੇ ਨੇ ਇੰਜਰਡ ਨੇ, ਉਹਨਾਂ 'ਚ ਇੱਕ ਐਡਵੋਕੇਟ ਨੇ, ਇੱਕ ਸਾਡਾ ਪੁਲਿਸ ਦਾ ਨੈਪਕੋਟ ਔਰ 2 ਲੇਡੀਜ਼ ਨੇ। ਜਿਹੜਾ ਨੈਪਕੋਟ ਆ ਉਹ CMC 'ਚ ਆ, ਐਡਵੋਕੇਟ ਜਿਹੜੇ ਨੇ ਮੰਡ ਸਾਹਿਬ ਉਹ DMC ਨੇ, ਦੂਸਰੀ ਜਿਹੜੀ ਸਾਰੇ ਜਿਹੜੇ ਨੇ ਇੱਕ ਡੈਥ ਤੋਂ ਇਲਾਵਾ ਬਾਕੀ ਜਿਹੜੇ ਨੇ ਉਹ ਸਾਡੀ ਜਿਹੜੀ ਫੋਰੈਂਸਿਕ ਜਿਹੜੀ ਟੀਮ ਆ ਉਹ ਇੱਥੇ ਪਹੁੰਚ ਗਈ ਆ, ਉਹ ਵੀ ਕਰ ਰਹੇ ਨੇ, ਚੰਡੀਗੜ੍ਹੋਂ ਵੀ ਚੱਲੇ ਨੇ, ਔਰ ਜਿਹੜੇ ਕੋਈ ਪੁਰਾਣੇ ਜਿਹੜੇ ਕੋਈ ਸਾਡੇ ਕੋਲ ਰਿਟਾਇਰਡ ਫੋਰੈਂਸਿਕ ਵਾਲੇ ਨੇ ਉਹਨਾਂ ਨੂੰ ਵੀ ਅਸੀਂ ਕਿਹਾ ਕਿ ਤੁਸੀਂ ਵੀ ਆ ਕੇ ਦੇਖੋ ਕਿ ਇਹਦੇ 'ਚ ਕੀ ਚੀਜ਼ਾਂ ਹੈਗੀਆਂ ਨੇ ਔਰ ਕਿਵੇਂ ਬਲਾਸਟ ਹੋਇਆ ਅਤੇ ਇਹਦੇ 'ਚ ਕਿਹੜਾ ਜਿਹੜਾ ਐਕਸਪਲੋਸਿਵ ਆ ਜਿਹੜਾ ਕਿਹੜਾ ਇਹਦੇ 'ਚ ਵਰਤਿਆ ਗਿਆ। ਦੂਸਰੀ ਆਪਣੀ ਜਿਹੜੀ ਸਟੇਟ ਆ ਇਹ ਬਾਰਡਰ ਸਟੇਟ ਆ, ਇਹ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿ ਜੋ ਜਿਹੜੀਆਂ ਕੋਈ ਉਹਨਾਂ ਦਾ ਵੀ ਇਹ ਕਾਲਾ ਹੋ ਸਕਦਾ, ਉਹ ਕਦੀ ਨਹੀਂ ਚਾਹੁੰਦੇ ਪੰਜਾਬ ਜਿਹੜਾ ਸਟੇਬਲ ਰਹੇ, ਔਰ ਜੇ ਪੰਜਾਬ ਸਟੇਬਲ ਹੁੰਦਾ ਤਾਂ ਪੂਰਾ ਹਿੰਦੁਸਤਾਨ ਸਟੇਬਲ ਹੈ। ਕੋਸ਼ਿਸ਼ਾਂ ਕੀਤੀਆਂ ਜਾਣਗੀਆਂ, ਅਸੀਂ ਜਿਹੜੀ ਆ ਇਹਨੂੰ ਹਾਈ ਅਲਰਟ 'ਤੇ ਪੰਜਾਬ ਅੱਜ ਕੀਤਾ, ਪਹਿਲਾਂ ਵੀ ਕੀਤਾ ਸੀ ਬਾਰਡਰ 'ਤੇ, ਵੈਸੇ ਸਾਡਾ ਹਾਈ ਅਲਰਟ ਰਹਿੰਦਾ ਅਤੇ ਪੂਰੇ ਪੰਜਾਬ 'ਚ ਹਾਈ ਅਲਰਟ ਕੀਤਾ, ਜਿਹੜੀਆਂ ਕੋਰਟਸ ਨੇ ਜਾਂ DC ਆਫਿਸ ਨੇ ਜਾਂ ਜਿਹੜੀਆਂ ਮੇਜਰ ਪਬਲਿਕ ਦੀਆਂ ਜਿੱਥੇ ਜ਼ਿਆਦਾ ਲੋਕ ਆਉਂਦੇ ਨੇ ਉੱਥੇ ਜਿਹੜੀ ਹੈ ਕਿ ਸਿਕਿਉਰਿਟੀ ਵਧਾਈ ਜਾਵੇਗੀ। ਅਤੇ ਉੱਧਰ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਵਿੱਚ ਲਗਾਤਾਰ ਵੱਡੇ ਕਾਂਗਰਸੀ ਆਗੂਆਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੇ MPs ਦੀ ਮੀਟਿੰਗ ਕੀਤੀ ਗਈ ਹੈ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਲੁਧਿਆਣਾ ਤੋਂ MP ਰਵਨੀਤ ਸਿੰਘ ਬਿੱਟੂ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਸੂਬੇ ਦੇ ਵਿੱਚ ਯੋਗ ਅਤੇ ਕੰਮ ਕਰਨ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਹੈ ਕਿ ਇੱਕ ਹੀ ਪਰਿਵਾਰ 'ਚੋਂ ਇੱਕ ਟਿਕਟ ਦੇਣ ਨੂੰ ਉਹ ਸਮਰਥਨ ਕਰਦੇ ਨੇ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜਬ ਵੀ ਇਲੈਕਸ਼ਨ ਹੋਤੀ, ਜਦੋਂ ਵੀ ਇਲੈਕਸ਼ਨ ਹੁੰਦੀ ਆ, ਹਰ ਵਾਰ ਇਹ ਗੱਲ ਵਰਕਰ ਆ ਜਿਹੜਾ ਖਾਸ ਤੌਰ 'ਤੇ ਉਹ ਗੱਲ ਹਮੇਸ਼ਾ ਇਹ ਕਰਦਾ ਵੀ ਜਿਹੜੀ ਟਿਕਟਾਂ ਏ ਜਿਹੜੇ ਕੰਮ ਕਰਨ ਵਾਲੇ ਨੇ ਮਿਹਨਤ ਕਰਨ ਵਾਲੇ ਨੇ ਉਹ ਕਈ ਵਾਰ ਇਗਨੋਰ ਹੋ ਜਾਂਦੇ ਆ, ਉਹ ਰਹਿ ਜਾਂਦੇ ਆ। ਅਤੇ ਇਸ ਕਰਕੇ ਹਾਈ ਕਮਾਂਡ ਦੇ ਮੂਹਰੇ ਇਹ ਇਕੱਲੀ ਪੰਜਾਬ ਦੀ ਗੱਲ ਨਹੀਂ ਮੈਂ ਕਰਦਾ, ਜਦੋਂ ਵੀ ਕਿਸੇ ਸਟੇਟ 'ਚ ਹੁੰਦੀ ਆ ਇਲੈਕਸ਼ਨ ਇਹ ਗੱਲ ਮੂਹਰੇ ਆਉਂਦੀ ਆ। ਅਤੇ ਜੇ ਇਹ ਫੈਸਲਾ ਲਿਆ ਗਿਆ ਏ, ਜੇ ਸਾਡੇ ਹਰੀਸ਼ ਚੌਧਰੀ ਜੀ ਨੇ ਇੰਚਾਰਜ ਸਾਹਿਬ ਨੇ ਇਹ ਗੱਲ ਕਹੀ ਆ, ਅਤੇ ਮੈਂ ਸਮਝਦਾ ਇਹ ਬਹੁਤ ਵਧੀਆ ਅਤੇ ਬਹੁਤ ਵੱਡਾ ਫੈਸਲਾ ਏ, ਇਹਨੂੰ ਹਰ ਹਾਲ ਇੰਪਲੀਮੈਂਟ ਕਰਨਾ ਚਾਹੀਦਾ। ਮੈਂ ਆਪਣੀ ਜੇ ਗੱਲ ਕਰਾਂ, ਮੈਂ ਹੁਣ ਆਪਣੇ ਕੱਲ੍ਹ ਨੂੰ ਵਾਈਫ ਦੇ ਲਈ, ਆਪਣੇ ਮਦਰ ਦੇ ਲਈ, ਆਪਣੇ ਮੈਂ ਭਰਾ ਲਈ, ਆਪਣੇ ਮੈਂ ਬੇਟੇ ਲਈ ਟਿਕਟ ਮੰਗਾਂ, ਅਤੇ ਮੈਂ ਨਹੀਂ ਸਮਝਦਾ ਉਹ ਗੱਲ ਕੋਈ ਚੰਗੀ ਆ। ਅਤੇ ਜੇ ਪੋਲੀਟਿਕਸ 'ਚ ਰਹਿਣਾ, ਮੈਂ ਆਪਣੀ ਗੱਲ ਨਿੱਜੀ ਮੈਂ ਜ਼ਰੂਰ ਕਰੂੰਗਾ ਵੀ ਮੈਂ ਇਸ ਇਲੈਕਸ਼ਨ ਦੇ ਵਿੱਚ ਕੋਈ ਵੀ ਆਪਣੇ ਪਰਿਵਾਰ ਲਈ ਕੋਈ ਟਿਕਟ ਨਾ ਆਪਣੇ ਪਾਰਲੀਮੈਂਟ ਹਲਕੇ 'ਚ ਨਾ ਕਿਤੇ ਮੈਂ ਕੋਈ ਵੀ ਟਿਕਟ ਨਾ ਮੰਗ ਰਿਹਾ ਨਾ ਮੰਗੂੰਗਾ ਕਦੇ। ਮੈਂ ਉਹਨਾਂ ਦੇ ਨਾਲ ਕੰਮ ਕੀਤਾ ਏ, ਮੈਂ ਹੁਣ ਕੈਪਟਨ ਸਾਹਿਬ ਦੇ ਨਾ ਮੈਂ ਪਹਿਲਾਂ ਕਿਹਾ ਨਾ ਮੈਂ ਅੱਜ ਕਹਾਂ, ਹੁਣ ਗੱਲ ਸਹੀ ਆ ਵੀ ਮੈਂ ਤਾਂ ਸਿਰਫ ਇੱਕ ਉਹਨਾਂ ਦੇ ਛੋਟਾ ਉਹਨਾਂ ਦੀ ਉਮਰ 'ਚ ਹੋਣ 'ਚੋਂ ਇਹੀ ਕਹਿ ਸਕਦਾ ਵੀ ਕੈਪਟਨ ਸਾਹਿਬ ਬਹੁਤ ਵਧੀਆ ਰਾਜ ਭਾਗ ਤੁਹਾਡਾ ਰਿਹਾ ਏ, ਤੁਸੀਂ ਚੰਗੀ
ਜਿਹੜੀ ਆ ਉਹ ਚੰਗੇ ਕੰਮ ਵੀ ਕੀਤੇ ਆ। ਚਲੋ ਮਜੀਠੀ ਵਾਲਾ ਕੰਮ ਨਹੀਂ ਕੀਤਾ, ਉਹ ਹੁਣ ਹੋ ਗਿਆ। ਆਰਾਮ ਨਾਲ ਜ਼ਿੰਦਗੀ ਬਤੀਤ ਕਰੋ। ਕਿਉਂ ਇਸ ਉਮਰ 'ਚ, ਕਿਉਂ ਇਸ ਉਮਰ 'ਚ ਆਪ ਵੀ ਔਖੇ ਹੋ ਰਹੇ ਹੋ ਅਤੇ ਰੋਜ਼ ਆਪਣੇ ਸਰੀਰ ਨੂੰ ਵੀ ਕਸ਼ਟ ਦੇ ਰਹੇ ਹੋ। ਇਹ ਸਰੀਰ ਕੈਪਟਨ ਸਾਹਿਬ ਦਾ ਤਾਂ ਜਹਾਜ਼ਾਂ 'ਚ ਬੜੇ ਬੜੇ ਮਹਿਲਾਂ 'ਚ ਰਹਿਣ ਵਾਲਾ, ਇਹ ਸੜਕਾਂ 'ਤੇ ਆਪਣੇ ਆਪ ਨੂੰ ਕਿਉਂ ਕਸ਼ਟ ਦੇ ਰਹੇ ਹੋ ਇਸ ਉਮਰ 'ਚ? ਕੋਈ ਹੋਰ ਕੋਈ ਬੱਲੀ ਗੱਲ ਹੋ ਗਈ, ਕੋਈ ਹੋਰ ਬਿਮਾਰੀ ਹੋ ਗਈ? ਕਿਉਂਕਿ ਜਿਹੜਾ ਬੰਦਾ ਬਾਹਰਲੀ ਹਵਾ ਨਾ ਲੈਣ ਗਿਝਿਆ ਹੋਵੇ, ਉਹਨੂੰ ਬਾਹਰ ਮਤਲਬ ਇੱਕ ਏਸੀ ਦੀ ਹਵਾ 'ਚ ਜਾਂ ਹੀਟਰਾਂ 'ਚ ਰਹਿ ਕੇ ਉਹ ਤਾਂ ਵਿਚਾਰੇ, ਅਤੇ ਅੱਜ ਉਹ ਸੜਕਾਂ 'ਤੇ ਬਾਹਰ ਫੇਰ ਰਿਹਾ, ਫੁੱਲ ਕੋਈ ਮਾਰ ਰਿਹਾ, ਕੋਈ ਕੁਛ ਫੁੱਲ, ਜੇ ਕੋਈ ਜ਼ੋਰ ਦੀ ਵੱਜ ਗਿਆ ਫਿਰ ਕੌਣ ਜ਼ਿੰਮੇਦਾਰ ਆ ਜੇ ਕੋਈ ਇੰਨੀ ਇੱਕੀ ਹੋ ਗਈ? ਇਸ ਕਰਕੇ ਕੈਪਟਨ ਸਾਹਿਬ ਨੂੰ ਮੈਂ ਕਹੂੰਗਾ, ਉਹਨਾਂ ਦੇ ਸਿਕਿਉਰਿਟੀ ਦੇ ਜਿਹੜੇ ਇੰਚਾਰਜ ਨੇ ਖੂਬੀ ਰਾਮ ਜੀ, ਉਹ ਉਹਨਾਂ ਦਾ ਖਿਆਲ ਰੱਖਣ, ਉਹਨਾਂ ਨੂੰ ਬਾਹਰ ਨਿਕਲਣ ਦੀ ਘੱਟ ਇਜਾਜ਼ਤ ਦੇਣ, ਕਿਉਂਕਿ ਬਹੁਤ ਵੱਡਾ ਖਤਰਾ ਉਹਨਾਂ ਦੀ ਸਿਹਤ ਲਈ ਹੋ ਸਕਦਾ। ਅਤੇ ਉੱਧਰ ਅੰਮ੍ਰਿਤਸਰ ਦੇ ਵਿੱਚ ਬੀਜੇਪੀ ਦੇ ਸੂਬਾ ਪੱਧਰੀ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਬੀਜੇਪੀ ਆਗੂ ਗਜੇਂਦਰ ਸ਼ੇਖਾਵਤ ਨੇ ਬਿਆਨ ਦਿੱਤਾ ਹੈ ਕਿ ਸੂਬੇ ਦੇ ਵਿੱਚ ਸੂਬੇ ਦੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਾਫੀਆ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ ਅਤੇ ਇਸ ਮਾਮਲੇ ਦੇ ਵਿੱਚ ਗਹਿਰਾਈ ਦੇ ਨਾਲ ਤਫਤੀਸ਼ ਹੋਣੀ ਚਾਹੀਦੀ ਹੈ। ਪੁਲਿਸ ਜਾਂਚ ਕਰੇ, ਯਦਿ ਕੋਈ ਵਿਅਕਤੀ ਪਾਕ ਸਾਫ ਹੈ ਔਰ ਉਸਨੇ ਕਿਸੇ ਤਰ੍ਹਾਂ ਕਾ ਅਪਰਾਧ ਨਹੀਂ ਕੀਤਾ ਹੈ ਤੋ ਪੁਲਿਸ ਕੇ ਸਾਹਮਣੇ ਆ ਕਰਕੇ ਉਸਕੋ ਫੇਸ ਕਰਨਾ ਚਾਹੀਏ, ਜਾਂਚ ਮੈਂ ਸਹਿਯੋਗ ਕਰਨਾ ਚਾਹੀਏ ਔਰ ਯਦਿ ਜਾਂਚ ਸੇ ਕੋਈ ਵਿਅਕਤੀ ਭਾਗਤਾ ਹੈ ਤੋ ਕਾਨੂੰਨ ਕੋ ਆਪਣਾ ਕਾਮ ਪੂਰੀ ਤਾਕਤ ਕੇ ਸਾਥ ਮੈਂ ਕਰਨਾ ਚਾਹੀਏ। ਪੰਜਾਬ ਕੇ ਯੁਵਕੋਂ ਕੋ ਨਸ਼ੇ ਕੀ ਗ੍ਰਿਫਤ ਸੇ ਬਾਹਰ ਨਿਕਾਲਨਾ ਔਰ ਜੈਸੇ ਮੈਨੇ ਕਹਾ ਕਿ ਇੱਕ ਸਮਰਿੱਧੀ ਵਾਲੇ ਪੰਜਾਬ ਕੀ ਛਵੀ ਹੋਤੀ ਥੀ ਔਰ ਦੂਸਰੇ ਆਜਕਲ ਨਸ਼ੇ ਸੇ ਗ੍ਰਸਤ ਪੰਜਾਬ ਕੀ ਛਵੀ ਹੋਤੀ ਹੈ, ਇਸਕੋ ਨਿਕਾਲਨੇ ਕੇ ਲੀਏ ਭਾਰਤੀਯ ਜਨਤਾ ਪਾਰਟੀ ਕ੍ਰਿਤ ਸੰਕਲਪ ਹੈ, ਨਸ਼ਾ ਮੁਕਤ ਪੰਜਾਬ ਕਰਕੇ ਰੋਜ਼ਗਾਰ ਯੁਕਤ ਪੰਜਾਬ ਬਣਾਏਗੇ, ਸਮਰੱਧ ਪੰਜਾਬ ਬਣਾਏਗੇ, ਖੁਸ਼ਹਾਲ ਪੰਜਾਬ ਬਣਾਏਗੇ, ਭਾਈਚਾਰੇ ਕਾ ਪੰਜਾਬ ਬਣਾਏਗੇ। ਇਸ ਸੰਕਲਪ ਕੇ ਸਾਥ ਮੈਂ ਭਾਰਤੀ ਜਨਤਾ ਪਾਰਟੀ ਚੁਣਾਵ ਕੇ ਮੈਦਾਨ ਮੈਂ। ਸਰ ਇਹ ਆਰੋਪ ਲਗ ਰਹੇ ਹੈ ਕਿ ਈਡੀ ਕਾ ਭਾਏ ਦਿਖਾ ਕਰ ਕੁਛ ਕਾਂਗਰਸੀ ਨੇਤਾਓਂ ਕੋ ਭਾਜਪਾ ਆਪਣੀ ਤਰਫ ਸ਼ਾਮਿਲ ਕਰ ਰਹੇ ਹੈ। ਹਾਂ, ਮੈਨੂੰ ਲੱਗਦਾ ਹੈ ਅਭੀ ਮੈਨੇ ਪਿਛਲੇ ਪ੍ਰਸ਼ਨ ਕਾ ਉੱਤਰ ਦਿਆ ਕਿ ਜਿਸਨੇ ਕੋਈ ਅਪਰਾਧ ਨਹੀਂ ਕੀਆ ਉਸਕੋ ਕੋਈ ਭੈ ਹੋਣਾ ਨਹੀਂ ਚਾਹੀਏ। ਤੋ ਪਹਿਲੇ ਤੋਂ ਇਹ ਤੈਅ ਕਰੇ ਹੈ, ਜੋ ਵੀ ਇਸ ਬਾਤ ਕਾ ਸਟੇਟਮੈਂਟ ਦੇਤਾ ਵੋ ਤੈਅ ਕਰੇ ਕਿ ਕੌਣ ਕੌਣ ਸੇ ਲੋਕ ਜੋ ਹੈ ਵੋ ਈਡੀ ਕੇ ਭੈ ਸੇ ਭੈਗ੍ਰਸਤ ਹੈ, ਪਹਿਲੇ ਉਸ ਬਾਤ ਕਾ ਲਿਸਟ ਕਾ ਖੁਲਾਸਾ ਕਰਨਾ ਚਾਹੀਏ। ਬੀਜੇਪੀ ਕ੍ਰਿਸ਼ੀ ਖੇਤਰ ਕੇ ਕਲਿਆਣ ਕੇ ਲੀਏ ਮਾਨਯ ਪ੍ਰਧਾਨ ਮੰਤਰੀ ਜੀ ਨੇ ਜਿਸ ਤਰ੍ਹਾਂ ਸੇ ਪਿਛਲੇ 7 ਸਾਲ ਮੈਂ ਕਾਮ ਕੀਆ, ਐਗਰੀਕਲਚਰ ਸੈਕਟਰ ਕੋ ਦੇਖਨੇ ਕਾ ਨਜ਼ਰੀਆ ਜੋ ਪ੍ਰੋਡਕਸ਼ਨ ਸੈਂਟ੍ਰਿਕ ਹੋਤਾ ਥਾ ਕਿਉਂਕਿ ਹਮ ਫੂਡ ਡੈਫਿਸਿਟ ਨੇਸ਼ਨ ਥੇ, ਉਸਕੋ ਬਦਲ ਕਰਕੇ ਔਰ ਪ੍ਰੋਫਿਟ ਸੈਂਟ੍ਰਿਕ ਅਪਰੋਚ ਕੇ ਸਾਥ ਮੈਂ ਐਗਰੀਕਲਚਰ ਕੋ ਦੇਖਾ ਗਿਆ, ਕਿਸਾਨ ਕੀ ਆਮਦਨੀ ਬੜੇ ਇਸ ਲਕਸ਼ੇ ਕੇ ਸਾਥ ਮੈਂ ਸੋਇਲ ਹੈਲਥ ਕਾਰਡ ਸੇ ਲੈ ਕਰਕੇ ਮਾਰਕੀਟ ਰਿਫੋਰਮਸ ਤੱਕ ਇਹ ਸਾਰੇ ਨਿਰਣੇ ਕੀਏ ਗਏ ਔਰ ਜਿਤਨੇ ਨਿਰਣੇ ਅਬ ਤੱਕ ਕੀਏ ਗਏ ਉਨਕਾ ਸਕਾਰਾਤਮਕ ਪ੍ਰਭਾਵ ਦੇਸ਼ ਕੇ ਕ੍ਰਿਸ਼ੀ ਖੇਤਰ ਮੈਂ ਨਿਸ਼ਚਿਤ ਰੂਪ ਸੇ ਦਿਖਾਈ ਦੇਤਾ ਹੈ। ਮੈਂ ਇਹ ਮਾਨਤਾ ਹੂੰ ਕਿ ਤਤਕਾਲਿਕ ਸਮੇਂ ਮੈਂ ਸ਼ਾਇਦ ਜੈਸਾ ਮਾਨਯ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਸ਼ਾਇਦ ਹਮੇਂ ਕਹੀਂ ਕਮੀ ਰਹਿ ਗਈ ਥੀ ਕਿ ਹਮ ਨਹੀਂ ਸਮਝਾ ਪਾਏ, ਕਿਆ ਮੈਨੂੰ ਲੱਗਦਾ ਹੈ ਕਹੀਂ ਆਪ ਸਭ ਮਿੱਤਰੋਂ ਕਾ ਸਹਿਯੋਗ ਜੈਸਾ ਚਾਹੀਏ ਤਾਂ ਵੈਸਾ ਨਹੀਂ ਮਿਲ ਪਾਇਆ ਕਿ ਹਮ ਨਹੀਂ ਸਮਝਾ ਪਾਏ। ਲੇਕਿਨ ਜੋ ਕੁਛ ਮਾਨਯ ਪ੍ਰਧਾਨ ਮੰਤਰੀ ਜੀ ਨੇ ਪਿਛਲੇ 7 ਸਾਲੋਂ ਮੈਂ ਕਿਸਾਨੋਂ ਕੇ ਲਈ ਕੀਆ ਹੈ, ਦੇਸ਼ ਕਾ ਹਰ ਇੱਕ ਅੰਨਦਾਤਾ ਕਿਸਾਨ ਉਸ ਬਾਤ ਕੋ ਨਿਸ਼ਚਿਤ ਰੂਪ ਸੇ ਮਾਨਤਾ ਵੀ ਹੈ, ਸਵੀਕਾਰ ਵੀ ਕਰਨਾ ਹੈ। ਇਸਲੀਏ ਯੇ ਕਲਪਨਾ ਕਰਨਾ ਕਿ ਦੇਸ਼ ਕਾ ਕਿਸਾਨ ਜਾਂ ਪ੍ਰਦੇਸ਼ ਕਾ ਕਿਸਾਨ ਭਾਰਤੀ ਜਨਤਾ ਪਾਰਟੀ ਕੇ ਸਾਥ ਨਹੀਂ ਹੋਗਾ, ਮੈਨੂੰ ਲੱਗਦਾ ਹੈ ਕਿ ਅਭੀ ਨਿਰਮੂਲ ਔਰ ਨਿਰਾਧਾਰ ਹੋ ਗਿਆ। ਅਤੇ ਉੱਧਰ ਰੋਪੜ ਦੇ ਵਿੱਚ ਪੰਚਾਇਤਾਂ ਵੱਲੋਂ ਸੂਬਾ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਚਾਇਤ ਮੈਂਬਰਾਂ ਅਤੇ ਸਰਪੰਚਾਂ ਵੱਲੋਂ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਕੇ ਗਰਾਂਟਾਂ ਨਾ ਦੇਣ ਦੇ ਇਲਜ਼ਾਮ ਲਗਾਏ ਗਏ ਨੇ। ਅੱਜ ਦੀ ਪ੍ਰੈਸ ਕਾਨਫਰੰਸ ਸਰਪੰਚਾਂ ਨੂੰ ਪਿਛਲੇ ਸਮੇਂ ਦੇ ਪਿਛਲੇ 5 ਸਾਲ ਦੇ ਵਿੱਚ ਰੋਪੜ ਚੋਣ ਹਲਕੇ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਗਈ। ਸਾਡੇ ਪ੍ਰਧਾਨ ਜੀ ਸਰਪੰਚ ਸਾਹਿਬ ਮੈਣੀ ਤੋਂ ਇਹਨਾਂ ਨੇ ਸਮੇਂ ਸਿਰ ਹਰ ਇੱਕ ਨੇਤਾ ਨੂੰ ਜਾ ਕੇ ਇਸ ਬਾਰੇ ਅਪਰੋਚ ਕੀਤਾ, ਡੀਸੀ ਤੋਂ ਲੈ ਕੇ ਸੀਐਮ ਸਾਹਿਬ ਤੱਕ, ਪਰ ਅੱਜ ਤੱਕ ਸਾਨੂੰ ਕੁਛ ਵੀ ਨਹੀਂ ਮਿਲਿਆ ਹੈਗਾ। ਇਸ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਇਹ ਕਾਨਫਰੰਸ ਕਰਨੀ ਪਈ ਹੈ ਅਤੇ ਇਹਦੇ ਵਿੱਚ ਅਸੀਂ ਜਿਹੜੀਆਂ ਵੀ ਅੱਜ ਫੈਸਲੇ ਲਏ ਹਨ ਅਸੀਂ ਉਹਨਾਂ 'ਤੇ ਡਿੱਗ ਗਏ ਔਰ ਲਾਸਟ ਤੱਕ ਅਸੀਂ ਕਰਾਂਗੇ। ਇਸ ਟਾਈਮ ਮੇਰੀ ਮੌਜੂਦਾ ਜਿਹੜੀ ਮਿਸਿਜ਼ ਸਰਪੰਚ ਆ, 2008 ਤੋਂ 13 ਦੇ ਵਿੱਚ ਮੈਂ ਸਰਪੰਚ ਸਰਬਸੰਮਤੀ ਨਾਲ ਬਣਿਆ। ਉਸ ਤੋਂ ਬਾਅਦ ਨੈਕਸਟ ਮੇਰੇ ਮਹਿੰਦਰਪਾਲ ਸਿੰਘ ਵਕੀਲ ਇੱਕ ਮੇਰੇ ਪਿੰਡ ਤੋਂ, ਉਹ ਵੀ ਅਸੀਂ ਸਾਬ ਆਪਣਾ ਉਹਦੇ 'ਚ ਸਰਬਸੰਮਤੀ ਨਾਲ ਸਰਪੰਚ ਬਣਾਇਆ। ਉਸ ਤੋਂ ਬਾਅਦ ਹੁਣ ਵੀ ਮੇਰੀ ਮਿਸਿਜ਼ ਜੋ ਆ
ਮਤਲਬ ਸਰਬਸੰਮਤੀ ਨਾਲ ਸਰਪੰਚ ਬਣੀ। ਸਰਬਸੰਮਤੀ ਸਿਰਫ ਸਾਨੂੰ 2008-13 ਦੇ ਵਿੱਚ ਵੀ ਲਾਰੇ ਮਿਲੇ ਆ, ਉਸ ਤੋਂ ਬਾਅਦ ਫਿਰ ਦੁਬਾਰਾ ਸਾਡੇ ਮਹਿੰਦਰਪਾਲ ਜੀ ਬਣੇ ਆ, ਉਸ ਟਾਈਮ ਵੀ ਲਾਰੇ, ਉਸ ਟਾਈਮ ਹੁਣ ਵੀ ਸਾਡੇ ਕੋਲ ਮਤਲਬ ਜਿਹੜੀ ਸਰਪੰਚੀ ਆ ਇਹ ਵੀ ਮਤਲਬ ਸਰਬਸੰਮਤੀ ਨਾਲ ਅਤੇ ਹੁਣ ਵੀ ਲਾਰਿਆਂ 'ਤੇ ਸਵਾਇਆ ਕੁਛ ਨਹੀਂ ਹੈ। ਰੂਪਨਗਰ ਦੀਆਂ ਪੰਚਾਇਤਾਂ ਨੂੰ ਪਿਛਲੇ 4.5 ਸਾਲ ਦੌਰਾਨ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਔਰ ਨਾ ਹੀ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪਿਛਲੇ 3 ਮਹੀਨੇ ਦੌਰਾਨ ਕੋਈ ਵੀ ਜਿਹੜੀ ਗ੍ਰਾਂਟ ਆ ਨਹੀਂ ਦਿੱਤੀ, ਜਦਕਿ ਹਲਕਾ ਆਨੰਦਪੁਰ ਸਾਹਿਬ ਔਰ ਚਮਕੌਰ ਸਾਹਿਬ ਦੀਆਂ ਪੰਚਾਇਤਾਂ ਨੂੰ 50 ਤੋਂ ਲੈ ਕੇ 70-80 ਲੱਖ ਈਵਨ ਕਰੋੜ ਰੁਪਇਆ ਵੀ ਜਿਹੜੀ ਗ੍ਰਾਂਟ ਦਿੱਤੀ ਗਈ ਆ। ਜਿਹੜਾ ਇਹ ਵਿਤਕਰਾ ਸੀਗਾ ਇਹ ਰੂਪਨਗਰ ਵਿਧਾਨ ਸਭਾ ਹਲਕੇ ਦੇ ਨਾਲ ਕੀਤਾ ਗਿਆ। ਸੋ ਅਸੀਂ ਅੱਜ ਸਾਰੀਆਂ ਪੰਚਾਇਤਾਂ ਨੇ, ਨੁਮਾਇੰਦਿਆਂ ਨੇ, ਪ੍ਰਧਾਨ ਚਰਨਜੀਤ ਸਿੰਘ ਮਿਆਣੀ ਦੀ ਨੁਮਾਇੰਦਗੀ ਵਿੱਚ ਇਹ ਗੱਲ ਕਰੜੇ ਸ਼ਬਦਾਂ ਵਿੱਚ ਸਰਕਾਰ ਦੀ ਨਿੰਦਾ ਕਰੀ ਹੈ ਔਰ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਦੀ ਵੀ ਇਸ ਗੱਲ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਔਰ ਵਿਧਾਨ ਸਭਾ ਤੋਂ ਬਾਹਰ ਵੀ ਪੰਚਾਇਤਾਂ ਦੀ ਰਾਖੀ ਦੇ ਲਈ, ਪੰਚਾਇਤਾਂ ਨੂੰ ਗ੍ਰਾਂਟਾਂ ਦੇ ਲਈ ਕੋਈ ਵੀ ਨਿੱਜੀ ਤੌਰ 'ਤੇ ਡੂੰਘਾ ਅਤੇ ਕਾਰਗਰ ਕਦਮ ਨਹੀਂ ਉਠਾਇਆ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ, ਹੁਣ ਮੈਨੂੰ ਦੇ ਇਜਾਜ਼ਤ, ਧੰਨਵਾਦ।